ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 13 ਜੁਲਾਈ 2022 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇਕ ਕੁਐਸਚਨ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀ অপশন বক্স ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵੈਸਚਨ ਨੰਬਰ 1 ਕਿਸ ਨੇ ਹਾਲ ਹੀ ਵਿੱਚ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਦੇ ਐਮ ਡੀ ਵਜੋਂ ਆਉਂਦਾ ਸੰਭਾਲ ਲਿਆ ਹੈ ਹਾਂਜੀ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਦੇ ਐਮ ਡੀ ਵਜੋਂ ਆਉਂਦਾ ਸੰਭਾਲ ਲਿਆ ਹੈ ਰਜਿੰਦਰ ਪ੍ਰਸ਼ਾਦ ਨੇ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਦੇਖ ਸਕਦੇ ਹੋ ਇਮੇਜ ਦੇ ਵਿੱਚ ਤੁਸੀਂ ਰਜਿੰਦਰ ਪ੍ਰਸ਼ਾਦ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਕਿ ਇਸ ਕੰਪਨੀ ਦੇ ਸਾਬਕਾ ਚੇਅਰਮੈਨ ਬੀ ਕੇ ਸਿੰਗਲ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹਾਂਜੀ ਬੀਐਸਐਨਐਲ ਦੇ ਸਾਬਕਾ ਚੇਅਰਮੈਨ ਆ ਬੀ ਕੇ ਸਿੰਗਲ ਇਹਨਾਂ ਦਾ ਦੇਹਾਂਤ ਹੋ ਗਿਆ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਬੀ ਕੇ ਸਿੰਗਲ ਹੁਣੇ ਬੀਐਸਐਨਐਲ ਦੇ ਸੀਗੇ ਸਾਬਕਾ ਚੇਅਰਮੈਨ ਇਹਨਾਂ ਨੂੰ ਭਾਰਤ ਦੇ ਵਿੱਚ ਇੰਟਰਨੈਟ ਦਾ ਜਨਕ ਵੀ ਮੰਨਿਆ ਜਾਂਦਾ ਏ ਤੇ BSNL ਦੀ ਸਥਾਪਨਾ ਕਦੋਂ ਹੋਈ ਸੀ 2000 ਦੇ ਵਿੱਚ ਇਸ ਦਾ ਹੈੱਡਕੁਆਰਟਰ ਕਿੱਥੇ ਆ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਸੀਈਓ ਕੌਣ ਨੇ ਪ੍ਰਵੀਨ ਕੁਮਾਰ ਪੁਰਵਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਬੇਰੁਜ਼ਗਾਰੀ ਦਾ ਹਾਂਜੀ ਸੌਰੀ ਹਾਲ ਹੀ ਵਿੱਚ ਬੇਰੁਜ਼ਗਾਰੀ ਦਰ ਜੂਨ 2022 ਵਿੱਚ ਕਿੰਨੇ ਪ੍ਰਤੀਸ਼ਤ ਵਧੀ ਹੈ ਹਾਂਜੀ ਜੂਨ 2022 ਦੇ ਵਿੱਚ ਬੇਰੁਜ਼ਗਾਰੀ ਦਰ 7.8% ਵਧ ਗਈ ਆ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ IFAD ਦੇ ਨਵੇਂ ਪ੍ਰਧਾਨ ਵਜੋਂ ਕਿਸ ਨੂੰ ਅਪਾਇੰਟ ਕੀਤਾ ਗਿਆ ਹਾਂਜੀ IAD IFAD ਜਾਨੀ ਕਿ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ ਦੇ ਪ੍ਰਧਾਨ ਵਜੋਂ ਅਪਾਇੰਟ ਹੋਇਆ ਅਲਵਾਰੋ ਲਾਰੀਆ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ ਦੇਖ ਸਕਦੇ ਹੋ ਇਮੇਜ ਦੇ ਵਿੱਚ ਤੁਸੀਂ ਅਲਵਾਰੋ ਲਾਰੀਆ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਿਸ ਰਾਜ ਦੇ ਦੁਰਗਾਪੁਰ ਅਤੇ ਵਰਦਮਾਨ ਵਿੱਚ ਇੰਟਰਨੈਟ ਐਕਸਚੇਂਜ ਪੁਆਇੰਟ ਮਿਲੇ ਹਨ ਹਾਂਜੀ ਰੀਸੈਂਟਲੀ ਪੱਛਮੀ ਬੰਗਾਲ ਦੇ ਦੁਰਗਾਪੁਰ ਅਤੇ ਵਰਦਮਾਨ ਦੇ ਵਿੱਚ ਇੰਟਰਨੈਟ ਐਕਸਚੇਂਜ ਪੁਆਇੰਟ ਮਿਲੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਪੱਛਮੀ ਬੰਗਾਲ ਦੇਖ ਸਕਦੇ ਹੋ ਇਮੇਜ ਦੇ ਵਿੱਚ ਤੁਸੀਂ ਮੈਪ ਮੈਪ ਦੇ ਵਿੱਚ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਕੈਪੀਟਲ ਆ ਕੋਲਕਾਤਾ ਇਥੋਂ ਇਹ ਕੋਲਕਾਤਾ ਕਿਹੜੀ ਨਦੀ ਦੇ ਕਿਨਾਰੇ ਸਥਿਤਾ ਹੁਬਲੀ ਨਦੀ ਦੇ ਕਿਨਾਰੇ ਸਥਿਤਾ ਇਥੋਂ ਦੇ ਚੀਫ ਮਿਨਿਸਟਰ ਆ ਮੰਮਤਾ ਬੇਨਰਜੀ ਪੱਛਮੀ ਬੰਗਾਲ ਦੇ ਗਵਰਨਰ ਆ ਜਗਦੀਸ਼ ਧਨਕਰ ਚੌਲਾਂ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਰਾਜ ਆ ਪੱਛਮੀ ਬੰਗਾਲ ਪਟਸਨ ਭਾਰਤ ਦੇ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ ਹੁੰਦੀ ਆ ਮਾਂ ਯੋਜਨਾ ਪੱਛਮੀ ਬੰਗਾਲ ਦੇ ਵਿੱਚ ਸ਼ੁਰੂ ਹੋਈ ਇਸ ਦੇ ਵਿੱਚ 5 ਰੁਪਏ ਦੇ ਵਿੱਚ ਖਾਣਾ ਦਿੱਤਾ ਜਾਂਦਾ ਕਰਮਈ ਧਰਮਾ ਯੋਜਨਾ ਪੱਛਮੀ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੋ ਮੀ ਕਿਸਾਨ ਰੇਲ ਸੰਘੋਲਾ ਤੋਂ ਸਾਲੀਮਾਰ ਤੱਕ ਚੱਲੀ ਸੰਘੋਲਾ ਮਹਾਰਾਸ਼ਟਰ ਦੇ ਵਿੱਚ ਆ ਸਾਲੀਮਾਰ ਪੱਛਮੀ ਬੰਗਾਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ ਸ਼ੁਰੂ ਹੋਈ ਇਹਨਾਂ ਤੁਸੀਂ ਯਾਦ ਰੱਖਣਾ ਪੱਛਮੀ ਬੰਗਾਲ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਆਈਏਐਫ ਦੁਆਰਾ AI ਸੈਂਟਰ ਫਾਰ ਐਕਸੀਲੈਂਸ ਨੂੰ ਕਿੱਥੇ ਲਾਂਚ ਕੀਤਾ ਗਿਆ ਹਾਂਜੀ ਇੰਡੀਅਨ 에ਅਰ ਫੋਰਸ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਟਰ ਫਾਰ ਐਕਸੀਲੈਂਸ ਨੂੰ ਨਵੀਂ ਦਿੱਲੀ ਦੇ ਵਿੱਚ ਲਾਂਚ ਕੀਤਾ ਗਿਆ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨਵੀਂ ਦਿੱਲੀ ਹੁਣ ਅਸੀਂ ਗੱਲ ਕੀਤੀ ਹੈ ਇੰਡੀਅਨ 에ਅਰ ਫੋਰਸ ਦੀ ਇਸ ਦੀ ਸਥਾਪਨਾ ਕਦੋਂ ਹੋਈ 8 ਅਕਤੂਬਰ 1932 ਨੂੰ ਇਸ ਦਾ ਹੈੱਡ ਕੁਆਰਟਰ ਕਿੱਥੇ ਆ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੀਫ ਆ विवेक राम चौधरी ਹੁਣ ਅਸੀਂ ਗੱਲ ਕੀਤੀ ਹੈ ਨਵੀਂ ਦਿੱਲੀ ਦੀ ਤਾਂ ਦੇਖ ਸਕਦੇ ਹੋ ਮੈਪ ਦੇ ਵਿੱਚ ਤੁਸੀਂ ਨਵੀਂ ਦਿੱਲੀ ਹਾਂਜੀ ਨਵੀਂ ਦਿੱਲੀ ਦੇ ਅੱਧੀ ਮਿਨਿਸਟਰ ਕੋਰ ਨੇ ਅਰਵਿੰਦ ਕੇਜਰੀਵਾਲ ਇਥੋਂ ਦੇ ਲੁਟਿਨੇਟ ਗਵਰਨਰਾ ਵਿਨੇ ਕੁਮਾਰ ਸਖਸੈਨਾ ਆਈਜੀਸ ਆਈਸੀਜੀ ਆਈਸੀਜੀ ਦੇ ਉਤਾਲਿਮੇ ਕਮਾਂਡਰਾਂ ਦੇ ਸਮੇਲਨ ਦਾ ਉਦਘਾਟਨ ਸਾਡੇ ਰੱਖਿਆ ਮੰਤਰੀ ਰਾਮਨਾਥ ਸਿੰਘ ਨੇ ਨਵੀਂ ਦਿੱਲੀ ਦੇ ਵਿੱਚ ਕੀਤਾ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਗਿਆਨ ਸਾਂਝਾ ਕਰ ਸਮਝੌਤੇ ਤੇ ਦਸਖਤ ਕੀਤੇ ਦਿੱਲੀ ਦੇ ਵਿੱਚ ਇਰਾਦਾ ਕਰ ਲਿਆ ਹਮਨੇ ਗੀਤ ਰਿਲੀਜ਼ ਹੋਇਆ ਦਿੱਲੀ ਪਰ ਦਿੱਲੀ ਭਾਰਤ ਦੀ ਕੈਪੀਟਲ ਬਣਨ ਦੀ ਘੋਸ਼ਣਾ ਕਦੋਂ ਹੋਈ 1911 ਦੇ ਵਿੱਚ ਤੇ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ ਕਦੋਂ ਦਿੱਤਾ ਗਿਆ 1927 ਦੇ ਵਿੱਚ ਦਿੱਲੀ ਭਾਰਤ ਦੀ ਕੈਪੀਟਲ ਕਦੋਂ ਬਣੀ 13 ਅਪ੍ਰੈਲ 1931 ਨੂੰ ਇਹਨਾਂ ਤੁਸੀਂ ਯਾਦ ਰੱਖਣਾ ਦਿੱਲੀ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਗੋਆ ਸਿਪਿਯੋਰਡ ਦੇ ਨਵੇਂ ਮੁਖੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਗੋਆ ਸਿਪਿਯੋਰਡ ਦੇ ਨਵੇਂ ਮੁਖੀ ਵਜੋਂ ਅਪਾਇੰਟ ਹੋਏ ਆ ਕੌਣ ਅਪਾਇੰਟ ਹੋਏ ਆ ਹਾਂਜੀ ਬਰਜੇਸ ਕੁਮਾਰ অপশন নাম্বার এ ইজ আ রাইট आंसर ਦੇਖ ਸਕਦੇ ਹੋ ਇਮੇਜ ਦੇ ਵਿੱਚ ਵੀ ਤੁਸੀਂ ਬਰਜੇਸ ਕੁਮਾਰ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ 2022 ਵਿਨ ਬਲੰਦਨ ਪੁਰਸ਼ਕ ਓਪਨ ਕਿਤਾਬ ਜਿੱਤਿਆ ਜੀ ਰੀਸੈਂਟਲੀ 2022 ਵਿਨ ਬਲੰਦਨ ਪੁਰਸ ਓਪਨ ਕਿਤਾਬ ਜਿੱਤਿਆ ਵਾ ਨੋਵਾਕ ਜੋਕੋਵਿਚ ਨੇ অপশন ਨੰਬਰ ਬੀ ਇਸ ਕੁਐਸ਼ਨ ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਂਜੀ ਇਹਨਾਂ ਨੇ 2022 ਪੁਰਸ਼ ਓਪਨ ਕਿਤਾਬ ਜਿੱਤੇ ਤੁਸੀਂ ਯਾਦ ਰੱਖਣਾ ਠੀਕ ਹੈ ਨਾਮ ਯਾਦ ਰੱਖਿਆ 2022 ਬਿੰ ਬਲੰਦਨ ਨੈਕਸਟ ਕੁਐਸ਼ਨ ਹਾਂਜੀ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਨੋਵਾਕ ਯੋਕੋਵਿਚ ਨੈਕਸਟ ਕੁਐਸਚਨ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਿੱਥੇ ਕੀਤੀ ਆ ਹਾਂਜੀ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਨਾਂ ਨੇ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਜੈਪੁਰ ਦੇ ਵਿੱਚ ਕੀਤੀ ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਂਸਰ ਇਹ ਤੀਵੀਂ ਮੀਟਿੰਗ ਆ ਜੋ 25 ਸਾਲਾਂ ਬਾਅਦ ਆਯੋਜਿਤ ਕੀਤੀ ਗਈ ਆ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਾਫੀ ਬੋਰਡ ਜਲਵਾਜੂ ਰੋਧਕ ਕਿਸਮਾਂ ਨੂੰ ਵਿਕਸਿਤ ਕਰਨ ਲਈ ਕਿਸ ਨਾਲ ਸਹਿਯੋਗ ਕਰੇਗਾ ਹਾਂਜੀ ਕਾਫੀ ਬੋਰਡ ਜਲਵਾਜੂ ਰੋਧਕ ਕਿਸਮਾਂ ਨੂੰ ਵਿਕਸਿਤ ਕਰਨ ਦੇ ਲਈ ਇਸਰੋ ਦੇ ਨਾਲ ਸਮਝੌਤਾ ਕਰੇਗਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਇਸਰੋ ਜਾਨਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਕਦੋਂ ਹੋਈ ਸੀ 1959 ਦੇ ਵਿੱਚ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਹੈੱਡ ਕੋਨ ਆ ਐਸ ਸੋਮਨਾਥ ਸੌਰੀ ਮੈਨਸ ਦੀ ਸਥਾਪਨਾ ਸ਼ਾਇਦ ਗਲਤ ਬੋਲ ਦਿੱਤਾ ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ 1969 ਦੇ ਵਿੱਚ ਠੀਕ ਹੈ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਿਸ ਨੇ ਹਾਲ ਹੀ ਵਿੱਚ ਆਸਟ੍ਰੇਲੀਅਨ ਗ੍ਰਾਂ ਪ੍ਰੀ 2022 ਜਿੱਤਿਆ ਹੈ ਹਾਂਜੀ ਆਸਟ੍ਰੇਲੀਅਨ ਗ੍ਰਾਂ ਪ੍ਰੀ 2022 ਜਿੱਤਿਆ ਹੈ ਚਾਰਲਸ ਲੈਕਲਰਨ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਚਾਰਲਸ ਲੈਕਲਰ ਤੇ ਇਸ ਦੇ ਵਿੱਚ ਸੈਕਿੰਡ ਤੇ ਆ ਮੈਕਸ ਵਰਸਟਪਨ ਅਤੇ ਥਰਡ ਤੇ ਆ ਲੂਇਸ ਹੈਮਿਲਟਨ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਵਿਸ਼ਵ ਆਬਾਦੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਆਬਾਦੀ ਦਿਵਸ ਰੀਸੈਂਟਲੀ ਮਨਾਇਆ ਗਿਆ ਹੈ 11 ਜੁਲਾਈ ਨੂੰ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਆਮ ਲੋਕਾਂ ਦੇ ਵਿੱਚ ਵੱਧਦੀ ਆਬਾਦੀ ਜਨਸੰਖਿਆ ਦੇ ਰਿਜ਼ਲਟ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਵਾਦੀ ਦਿਵਸ ਮਨਾਇਆ ਜਾਂਦਾ ਹੈ 10 ਜੁਲਾਈ ਨੂੰ ਰਾਸ਼ਟਰੀ ਮਛਲੀ ਕਿਸਾਨ ਦਿਵਸ ਮਨਾਇਆ ਗਿਆ 7 ਜੁਲਾਈ ਨੂੰ ਵਿਸ਼ਵ ਕਿਸ਼ਵਲੀ ਦਿਵਸ ਮਨਾਇਆ ਗਿਆ 6 ਜੁਲਾਈ ਨੂੰ ਵਿਸ਼ਵ ਜੁਨੋਜ਼ ਦਿਵਸ ਮਨਾਇਆ ਗਿਆ 4 ਜੁਲਾਈ ਨੂੰ ਸੁਤੰਤਰਤਾ ਸੰਾਨੀ ਅਲੂਰੀ ਸੀਤਾ RAM ਰਾਜੂ ਦੀ 125ਵੀਂ ਜਨਮ ਦਿਨ ਮਨਾਈ ਗਈ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ 2 ਜੁਲਾਈ ਨੂੰ ਵਿਸ਼ਵ ਖੇਡ ਪੁਰਸਕਾਰ ਦਿਵਸ ਮਨਾਇਆ ਗਿਆ ਅਤੇ ਵਿਸ਼ਵ UFO ਦਿਵਸ ਮਨਾਇਆ ਗਿਆ 1 ਜੁਲਾਈ ਨੂੰ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ ਤੇ GST ਦਿਵਸ ਮਨਾਇਆ ਗਿਆ ਇਹਨਾਂ ਤੁਸੀਂ ਯਾਦ ਰੱਖਣਾ ਜੁਲਾਈ ਦੇ ਇੰਪੋਰਟੈਂਟ ਡੇ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ T20 ਦੇ ਇਤਿਹਾਸ ਵਿੱਚ 500 ਡਾਟ ਗੇਂਦਾਂ ਛੁੱਟਣ ਵਾਲਾ ਪਹਿਲਾ ਗੇਂਦਬਾਜ਼ ਕੌਣ ਬਣਿਆ ਹਾਂਜੀ 500 ਗੇਂਦਾਂ ਛੁੱਟਣ ਵਾਲੇ ਪਹਿਲੇ ਗੇਂਦਬਾਜ਼ ਬਣੇ ਆ T20 ਦੇ ਇਤਿਹਾਸ ਦੇ ਵਿੱਚ 500 ਡਾਟ ਗੇਂਦਾਂ ਛੁੱਟਣ ਵਾਲੇ ਪਹਿਲੇ ਗੇਂਦਬਾਜ਼ ਬਣੇ ਆ ਭਗਵਨੇਸ਼ਵਰ ਕੁਮਾਰ অপਸ਼ਨ ਨੰਬਰ ਸੀ ਇਸ ਦਾ রাইਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਜਿਹੜੇ ਵੀ ਸਟੂਡੈਂਟਸ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਸੀਂ ਆਪ ਖੁਦ ਹੀ ਦੇਖ ਸਕਦੇ ਹੋ ਫੋਰੈਸਟ ਗਾਰਡ ਦੇ ਸਿਲੇਬਸ ਤੇ ਮੈਂ ਵੀਡੀਓ ਬਣਾਈ ਆ ਵੀਡੀਓ ਕਲਰਕ ਐਕਸਰਸਾਈਜ਼ ਟੈਕਸ ਇੰਸਪੈਕਟਰ ਸਰਵੇਅਰ ਇਹਨਾਂ ਦਾ ਸਿਲੇਬਸ ਟੈਲੀਗ੍ਰਾਮ ਦੇ ਚੈਨਲ ਦੇ ਵਿੱਚ ਵੀ ਸੈਂਡ ਕੀਤਾ ਹੋਇਆ ਹੈ ਤੇ ਜਿਹੜੇ ਵੀ ਸਟੂਡੈਂਟਸ ਇਹਨਾਂ ਦੀ ਤਿਆਰੀ ਕਰ ਰਹੇ ਆ ਓਪਨ ਕਰਕੇ ਦੇਖ ਸਕਦੇ ਹੋ ਕਰੰਟ ਅਫੇਅਰ ਨੈਸ਼ਨਲ ਲੈਵਲ ਐਂਡ ਇੰਟਰਨੈਸ਼ਨਲ ਲੈਵਲ ਦੀ ਪੁੱਛੀ ਗਈ ਆ ਬਟ ਨਾਲ ਹੀ ਉਹਨਾਂ ਨੇ ਲਿਖਿਆ ਗਿਆ ਵਾ ਕਿ ਇੰਟਰਨੈਸ਼ਨਲ ਲੈਵਲ ਦੇ ਵਿੱਚ ਜੋ ਵੀ ਇੰਪੋਰਟੈਂਟ ਇੰਪੋਰਟੈਂਟ ਘਟਨਾਵਾਂ ਨੇ ਉਹਨਾਂ ਨਾਲ ਰਿਲੇਟਡ ਕੁਐਸ਼ਨ ਆ ਸਕਦੇ ਆ ਬਟ ਜ਼ਿਆਦਾਤਰ ਕੁਐਸ਼ਨ ਆਉਣ ਦੇ ਚਾਂਸ ਨੈਸ਼ਨਲ ਲੈਵਲ ਦੇ ਵਿੱਚ ਹੋਈਆਂ ਇਸ ਕਰਕੇ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਰੰਟ ਅਫੇਅਰ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਆ ਕਰੰਟ ਅਫੇਅਰ ਦੀ ਨੌਲੇਜ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਕੁਐਸ਼ਨ ਵਿੱਚ ਆਣਾਵਾ 4 ਤੋਂ 5 ਨੰਬਰ ਦਾ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਠੀਕ ਹੈ ਬਾਕੀ ਪੇਪਰ ਵੀ ਜਿੱਦਾਂ ਨਿਕਲਦੇ ਆ ਜਿਸ ਤਰ੍ਹਾਂ ਤਾਂ ਉਹਨਾਂ ਦੇ ਵਿੱਚ 15 ਤੋਂ 16 ਨੰਬਰ ਦੇ ਕਰੰਟ ਅਫੇਅਰ ਦੇ ਕੁਐਸਚਨ ਵੀ ਦੇਖੇ ਗਏ ਆ ਪਰ ਤੁਹਾਡੇ ਸਿਲੇਬਸ ਦੇ ਅਕੋਰਡਿੰਗ 5 ਤੋਂ 6 ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣਗੇ ਤੁਹਾਨੂੰ ਠੀਕੇ ਜੀ ਇਸ ਕਰਕੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖੋ ਜਿੰਨਾ ਹੋ ਸਕੇ ਪਿਛਲੀਆਂ ਵੀਡੀਓ ਨੂੰ ਵੀ ਕਵਰ ਕਰੋ ਰਿਵਾਈਜ਼ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਸ ਦਾ ਤੁਹਾਡੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਵੇਗਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਹਾਂਜੀ ਇਹ ਵੀਡੀਓ ਤੁਹਾਨੂੰ ਅੱਜ ਦੀ ਕਿਸ ਤਰ੍ਹਾਂ ਲੱਗੀ ਇਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੇਕਰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ